ਬੀਤੇ ਦਿਨੀ ਪੰਜਾਬ ਪੁਲਿਸ ਦੇ DSP ਦਲਜੀਤ ਸਿੰਘ ਢਿੱਲੋਂ ਨੂੰ ਇੱਕ ਕੁੜੀ ਦੇ ਵੱਲੋਂ ਨਸ਼ਿਆਂ ਦੀ ਦਲਦਲ ਦੇ ਵਿੱਚ ਗਰਕ ਕੀਤੇ ਜਾਣ ਦੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ। ਉਸ ਦੇ ਹੱਕ ਦੇ ਵਿੱਚ ਅੱਜ ਤਰਨ ਤਾਰਨ ਦੇ ਸਟੇਡੀਅਮ ਦੇ ਵਿੱਚ ਸੈਂਕੜੇ ਪਰਿਵਾਰ ਅਤੇ ਹਾਕੀ ਦੀਆਂ ਖਿਡਾਰਨਾਂ ਨੇਤਰ ਕੇ ਸਾਹਮਣੇ ਆਈਆਂ ਨੇ, ਜਿਨ੍ਹਾਂ ਦੇ ਵੱਲੋਂ DSP ਦਲਜੀਤ ਸਿੰਘ ਦੇ ਬਾਰੇ ਕਿਹਾ ਗਿਆ ਕਿ ਉਹਨਾਂ ਦੇ ਸਰ ਨੇ ਸਾਡੇ ਵਰਗੀਆਂ ਹਜ਼ਾਰਾਂ ਕੁੜੀਆਂ ਨੂੰ ਹਾਕੀ ਦੀ ਸਿਖਲਾਈ ਦਿੱਤੀ ਸੀ ਅਤੇ ਸਮੇਂ ਸਮੇਂ ਦੇ ਉਹਨਾਂ ਦੀ ਮਦਦ ਵੀ ਕੀਤੀ ਸੀ। ਇਹੋ ਜਿਹੇ ਇਨਸਾਨ ਦੇ ਉੱਤੇ ਇਲਜ਼ਾਮ ਲਗਾਉਣਾ ਸਹੀ ਨਹੀਂ ਹੈ ਅਤੇ ਜੇਕਰ ਸਰਕਾਰ ਨੇ ਉਹਨਾਂ ਦੇ ਸਰ ਦਲਜੀਤ ਸਿੰਘ ਨੂੰ ਬਹਾਲ ਨਾ ਕੀਤਾ ਤਾਂ ਉਹ ਕਦੇ ਹਾਕੀ ਨਹੀਂ ਖੇਡਣਗੀਆਂ। ਹਾਕੀ ਦੀਆਂ ਖਿਡਾਰਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਕੇਸ ਦੀ ਚੰਗੀ ਤਰ੍ਹਾਂ ਦੇ ਨਾਲ ਪੜਤਾਲ ਕਰਨ ਅਤੇ DSP ਦਲਜੀਤ ਸਿੰਘ ਢਿੱਲੋਂ ਨੂੰ ਬਹਾਲ ਕਰਨ। ਇੱਥੇ ਹੁਣ ਸਰਕਾਰ ਦੇ ਲਈ ਚੁਣੌਤੀ ਖੜੀ ਹੁੰਦੀ ਜਾਪਦੀ ਹੈ ਕਿਉਂਕਿ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ DSP ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਸਰਕਾਰ ਦੇ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਇਸ ਦੇ ਉਲਟ ਤਰਨ ਤਾਰਨ ਦੀਆਂ ਇਨ੍ਹਾਂ ਖਿਡਾਰਨਾਂ ਦੀ ਚੇਤਾਵਨੀ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਵੱਲੋਂ ਕੀ ਸਿੱਟਾ ਕੱਢਿਆ ਜਾਵੇਗਾ। ਜਿੰਨਾ ਵੀ ਨਾਮ ਲਗਾਇਆ ਜਾ ਰਿਹਾ ਵਾ ਡਰੱਗਸ ਵਗੈਰਾ ਦਾ, ਉਹ ਸਾਰਾ ਝੂਠ ਹੈ ਕਿਉਂਕਿ ਮੈਂ ਜਦੋਂ ਤੋਂ ਵੀ ਸਰ ਦੇ ਨਾਲ ਹਾਂ ਉਦੋਂ ਤੋਂ ਇਹ ਜੀ ਕੋਈ ਗੱਲ ਨਹੀਂ ਹੋਈ ਹੈਗੀ ਕਿ ਮਤਲਬ ਉਹਨਾਂ ਨੇ ਸਾਨੂੰ ਫੋਰਸ ਕੀਤਾ ਹੋਵੇ ਕੁਝ ਵੀ। ਅਤੇ ਮੈਂ 4 ਸਾਲ ਤੋਂ ਉਹਨਾਂ ਨਾਲ ਟ੍ਰੇਨਿੰਗ ਕਰਦੀ ਹਾਂ ਅਤੇ ਉਹ ਤੋਂ ਇਹ ਜੀ ਕੋਈ ਗੱਲ ਨਹੀਂ ਹੋਈ ਹੈ ਕਿ ਜਿਹੜਾ ਵੀ ਉਹ ਕੁੜੀ ਕਹਿ ਰਹੀ ਹੈ ਸਾਰਾ ਝੂਠ ਹੈ ਕਿਉਂਕਿ ਉਹਨੇ ਇਹ ਗੱਲ ਕਹੀ ਹੈ ਕਿ ਮੈਨੂੰ ਆਪਣਾ ਨੰਬਰ ਯਾਦ ਨਹੀਂ ਹੈਗਾ ਅਤੇ ਮੈਂ ਸਰ ਨਾਲ ਗੱਲ ਕਰਦੀ ਸੀ, ਸਰ ਦਾ ਨੰਬਰ ਉਹਨੂੰ ਟਿਪਸ ਯਾਦ ਹੈ। ਐਂ ਕਿਵੇਂ ਹੋ ਸਕਦਾ ਕਿ ਉਹਨੂੰ ਆਪਣਾ ਨੰਬਰ ਨਹੀਂ ਯਾਦ ਹੈ ਅਤੇ ਉਹ ਸਰ ਦਾ ਨੰਬਰ ਮਤਲਬ ਉਹਨਾਂ ਕਲੀਅਰਲੀ ਕਹਿ ਰਹੀ ਹੈ ਸਾਰਿਆਂ ਸਾਹਮਣੇ? ਉਹ ਬਹੁਤ ਜਗ੍ਹਾ ਝੂਠ ਬੋਲ ਰਹੀ ਹੈ ਮੇਰੇ DSP ਦਲਜੀਤ ਸਿੰਘ ਢਿੱਲੋਂ, ਉਹ ਸਾਨੂੰ ਕੋਚਿੰਗ ਦਿੰਦੇ ਰਹੇ ਹਾਂ ਹਾਲੇ ਤੱਕ ਦਿੰਦੇ ਹਾਂ ਕਿਹੜੀ ਹਾਕੀ ਅਕੈਡਮੀ ਕਰਨ ਤੋਂ। ਨਹੀਂ ਸਰ, ਸਰ ਹੈ ਤਾਂ ਹੀ ਗੇਮਸ ਹੈ ਸਾਡੀ, ਅਦਰਵਾਈਜ਼ ਕੋਈ ਨਹੀਂ ਹੈਗਾ। ਗੇਮ ਵਿੱਚ 100 to 150 ਤੱਕ ਬੱਚੇ ਹੈਗੇ, ਛੋਟੇ ਵੱਡੇ ਸਾਰੇ। ਸਾਰੇ ਸਪੋਰਟ ਸਰ ਕਰਦੇ? ਹਾਂਜੀ, ਸਾਰਿਆਂ ਨੂੰ ਸਪੋਂਸਰ ਕਰਦੇ ਸੀ। ਹਾਕੀ ਪਲੇਅਰ ਦੀ ਸਪੋਰਟ ਕਰਦੇ ਜਾਂ ਅਨਦਰ ਪਲੇਅਰ ਦੀ ਸਪੋਰਟ ਕਰਦੇ? ਐਥਲੈਟਿਕਸ ਵੀ ਕਰਦੇ ਸੀ ਨਾਲ ਸਪੋਰਟ। ਸਾਹਮਣੇ ਬੈਠਾ, ਸਾਹਮਣੇ ਬੈਠਾ, ਓਕੇ ਓਕੇ। ਕੌਰ ਐਂ ਕ੍ਰਿਕਟ ਵਾਲੇ ਰਹਿਣ ਵਾਲੇ ਆ ਅਤੇ ਸਾਡੇ DSP ਸਰ ਢਿੱਲੋਂ ਸਾਹਿਬ ਉਹਨਾਂ ਦੇ ਸਾਨੂੰ ਬਹੁਤ ਸਪੋਰਟ ਹੈ। ਸਾਡੇ ਬੱਚੇ 3 ਬੇਟੀਆਂ 3 ਖੇਡਦੀਆਂ, ਪਹਿਲਾਂ ਵੱਡੀ ਵੀ ਖੇਡਦੀ, ਹੁਣ 2 ਛੋਟੀਆਂ ਵੀ ਖੇਡਦੀਆਂ। ਬਹੁਤ ਅੱਛੇ ਇਨਸਾਨ ਆ, ਉਹਨਾਂ 'ਤੇ ਸਾਰਾ ਝੂਠ ਇਲਜ਼ਾਮ ਲਾਇਆ, ਬਹੁਤ ਅੱਛੇ ਆ, ਜੋ ਵੀ ਹੈ ਸਾਰਾ ਝੂਠ ਬੋਲਿਆ ਜਾਂਦਾ। ਹਾਂਜੀ, ਉਹ ਸਾਰਾ ਝੂਠ ਬੋਲਦੀ ਆ, ਇਹੋ ਜਿਹੇ DSP ਸਰ ਇਹੋ ਜਿਹੇ ਇਨਸਾਨ ਨਹੀਂ ਆ। ਇਨਸਾਫ ਚਾਹੀਦਾ ਸਾਡੇ ਸਰ ਨੂੰ, ਇਨਸਾਫ ਚਾਹੀਦਾ, ਇਹ ਸਾਰਾ ਝੂਠ ਆ ਅਤੇ ਉਹਨੂੰ ਇਨਸਾਫ ਦਿੱਤਾ ਜਾਵੇ, ਉਹਨੂੰ ਸਸਪੈਂਡ ਨਹੀਂ ਕੀਤਾ ਜਾਵੇ। ਉਹਨੂੰ ਬੱਚੇ ਬਹੁਤ 70-80 ਬੱਚੇ ਸਾਰਿਆਂ ਨੂੰ ਖੜਾਉਂਦੇ ਪਏ ਆ, ਸਾਰਿਆਂ ਨੂੰ ਸਹਿਯੋਗ ਦਿੰਦੇ ਆ। ਅਸੀਂ ਕੱਪੜਾ ਵੀ ਨਹੀਂ ਦੇ ਸਕਦੇ, ਲੀੜਾ ਵੀ ਨਹੀਂ ਦੇ ਸਕਦੇ, ਕੁਛ ਨਹੀਂ ਦੇ ਸਕਦੇ, ਸਾਰਾ ਸਾਨੂੰ ਉਹ ਸਹਿਯੋਗ ਦਿੰਦੇ। ਅੱਜ ਤੱਕ ਅਸੀਂ ਕਿਰਾਇਆ ਵੀ ਨਹੀਂ ਬੱਸ ਦਾ ਦਿੱਤਾ, ਉਹ ਵੀ ਉਹ ਦਿੰਦੇ ਸਰ ਸਾਡੇ। ਨਹੀਂ ਬੱਚੇ ਅਸੀਂ ਉਹਨਾਂ ਦੇ ਮਤਲਬ ਕਿ ਜੇ ਉਹਨਾਂ ਦੇ ਕਾਰਨ ਸਾਡੇ ਬੱਚੇ ਖੇਡਦੇ ਆ, ਉਹ ਆਉਣਗੇ ਤਾਂ ਅਸੀਂ ਬੱਚੇ ਖੜਾ ਸਕਦੇ ਹਾਂ। ਅਸੀਂ ਕਿੱਥੋਂ ਖੜਾਉਣੇ, ਅਸੀਂ ਗਰੀਬ ਹੈਗੇ ਹਾਂ ਮਾਪੇ ਸਾਰੇ। 8 ਸਾਲ ਤੋਂ ਡਏ ਉਹਨਾਂ ਦੇ ਨਾਲ, ਮਤਲਬ 8 ਸਾਲ ਤੋਂ ਆਉਂਦਾ ਹੈ ਉਹ, ਬਹੁਤ ਵਧੀਆ ਤਰੀਕੇ ਨਾਲ ਖੜਾਉਂਦੇ, ਵਧੀਆ ਪੜ੍ਹਾਉਂਦੇ, ਸਾਰਾ ਖਰਚਾ ਦਿੰਦੇ, ਹਾਕੀਆਂ 5-5 ਹਜ਼ਾਰ ਦੀਆਂ, ਬੂਟ ਸੂਟ ਕਿੱਟਾਂ ਤੱਕ ਸਾਰਾ ਕੁਛ ਖਰਚਾ ਉਹ ਲਾਉਂਦੇ। ਕੋਈ ਨਸ਼ੇ ਵਾਲੀ ਚੀਜ਼ ਐਸੀ ਵਗੈਰਾ ਕੋਈ ਐਸੀ ਚੀਜ਼ ਨਹੀਂ ਆ, ਉਹ ਸਭ ਝੂਠ ਆ, ਸਾਰਾ ਝੂਠ ਆ। ਮੇਰਾ ਨਾਮ ਮਨਦੀਪ ਕੌਰ ਹੈ, DSP ਦਲਜੀਤ ਸਿੰਘ ਢਿੱਲੋਂ। ਉਹ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਉਹਨਾਂ 'ਤੇ ਸਰਾਸਰ ਝੂਠ ਇਲਜ਼ਾਮ ਲੱਗੇ ਜਾਂਦੇ ਨੇ ਕਿ ਉਹ ਇਹੋ ਜਿਹੇ ਬੰਦੇ ਹੈ ਹੀ ਨਹੀਂ ਆ, ਕਿਉਂਕਿ ਉਹ ਸਾਡੀ ਬਹੁਤ ਸਪੋਰਟ ਕਰਦੇ ਆ। ਕਿਉਂਕਿ ਅਸੀਂ ਤਾਂ ਕਹਾਂਗੇ ਕਿ ਉਹਨਾਂ ਦੇ ਮਗਰ ਕੋਈ ਸਾਜਿਸ਼ ਰਚੀ ਹੋਈ ਆ, ਬਹੁਤ ਵੱਡੀ ਸਾਜਿਸ਼, ਕਿ ਉਹਨਾਂ ਨੂੰ ਫਸਾਉਣ ਦਾ ਕੰਮ ਹੈ। ਹਾਂਜੀ, ਉਹ ਜਮਾਂ ਝੂਠ ਬੋਲਣਦੀਆਂ, ਕਿਉਂਕਿ ਸਾਡੀ ਘੱਟੋ ਘੱਟ 100 ਜਿਹੜੀ ਅਕੈਡਮੀ ਦੇ ਵਿੱਚ 100 ਬੱਚਾ ਹੈ, ਉਹਨਾਂ ਨੂੰ ਇੰਨੀ ਵਧੀਆ ਮਤਲਬ ਜਿਹੜੇ 4-4, 5-5 ਹਜ਼ਾਰ ਰੁਪਏ ਦੀ ਹਾਕੀ ਆਉਂਦੀ ਆ ਉਹ ਲੈ ਕੇ ਦਿੰਦੇ ਨੇ, ਇੰਨੀ ਡਾਇਟ ਵਾਸਤੇ ਖਰਚਾ ਕਰਦੇ ਨੇ ਉਹ, ਅਤੇ ਜੇ ਇੰਨਾ ਹੁੰਦਾ ਤਾਂ ਉਹ ਇੰਨੇ ਬੱਚਿਆਂ ਨੂੰ ਸਪੋਰਟ ਹੀ ਕਿਉਂ ਕਰਦੇ। ਸਾਡੇ ਸੰਪਰਕ ਦੇ ਵਿੱਚ ਜਦੋਂ ਕਿ ਅਸੀਂ ਗੇਮ ਕਰਦੇ ਸੀਗੇ ਅਤੇ ਉਹ ਸਾਨੂੰ ਟ੍ਰੇਨਿੰਗ ਦਿੰਦੇ ਸੀਗੇ ਅਤੇ ਉਹੀ ਸਾਡੀ ਡਾਇਟ ਦਾ ਖਰਚਾ ਕੱਢਦੇ ਸੀਗੇ।
ਬਹੁਤ ਵਧੀਆ ਨੇ, ਉਹਨਾਂ ਤੇ ਸਾਰਾ ਸਾਰਾ ਇੰਜਾਮ ਲੱਗੀ ਜਾ ਰਿਹਾ। ਉਹਨਾਂ ਨੂੰ 8-9 ਸਾਲ ਹੋ ਗਏ ਨੇ ਸਾਨੂੰ ਟ੍ਰੇਨਿੰਗ ਦਿੰਦੇ। ਹਾਂਜੀ, ਅੱਜ ਵੀ ਲਗਾਤਾਰ ਟ੍ਰੇਨਿੰਗ ਦੇ ਰਹੇ ਨੇ। ਪਹਿਲਾਂ 2-3 ਮਹੀਨੇ ਕੈਂਪ ਲੱਗਾ ਹੋਇਆ ਸੀ, ਪਹਿਲਾਂ ਸਾਰਾ ਸਾਰੇ ਟ੍ਰੇਨਿੰਗ ਦਿੰਦੇ ਪਏ, ਚੱਲਦੀ ਪਈ ਆ ਸਾਡੀ ਟ੍ਰੇਨਿੰਗ। ਹਾਂਜੀ, ਹੁਣ ਵੀ ਸਾਡੀ ਮਦਦ ਕਰਦੇ ਪਏ ਨੇ। ਮਤਲਬ ਸਾਡੇ ਜਿਹੜੇ ਦੀਦੀ ਇੰਡੀਆ ਕੈਂਪ ਦੇ ਵਿੱਚ, ਇੰਡੀਆ ਟੀਮ ਦੇ ਵਿੱਚ, ਸੀਨੀਅਰ ਇੰਡੀਆ ਟੀਮ ਦੇ ਵਿੱਚ ਗਏ ਨੇ, ਅਸੀਂ ਤਾਂ ਉਹਨਾਂ ਦੇ ਮਤਲਬ ਕਿਰਾਇਆ ਵੀ ਨਹੀਂ ਦੇ ਸਕਦੇ ਸੀ, ਕਿ ਬਾਈ ਏਅਰ ਇਹਨਾਂ ਨੇ ਕਿੱਥੋਂ ਜਾਣਾ ਸੀਗਾ। ਬਾਈ ਏਅਰ ਹੁਣ ਮੇਰੇ ਦੀਦੀ ਜਾ ਰਹੇ ਨੇ, ਬਿਲਕੁਲ ਗਲਤ ਆ, ਕਿਉਂਕਿ ਉਹਨਾਂ ਨੂੰ ਸਸਪੈਂਡ ਪਹਿਲਾਂ ਸਾਨੂੰ ਕਿ ਸਰਕਾਰ ਨੂੰ ਚਾਹੀਦਾ ਸੀਗਾ ਕਿ ਉਹ ਉਹਨਾਂ ਦੀ ਸੁਣਵਾਈ ਕਰਦੀ। ਪਹਿਲਾਂ ਉਹਨਾਂ ਦੀ ਵੀ ਗੱਲ, DSP ਸਰ ਦੀ ਵੀ ਗੱਲ ਸੁਣਨੀ ਚਾਹੀਦੀ ਸੀਗੀ, ਉਹਨਾਂ ਨੂੰ ਇੱਦਾਂ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।